ਹੋਲੀ ਦੇ ਤਿਉਹਾਰ ਤੋਂ ਪਹਿਲਾਂ ਹਰ ਵਾਰ ਦੀ ਤਰ੍ਹਾਂ ਬਾਜ਼ਾਰ ਕੱਚੇ ਪੱਕੇ ਰੰਗਾਂ ਤੇ ਪਿਚਕਾਰੀਆਂ ਨਾਲ ਸਜੇ ਹੋਏ ਨੇ, ਪਰ ਇਸ ਵਾਰ ਜੋ ਖਾਸ ਚੀਜ਼ ਵੇਖਣ ਨੂੰ ਮਿਲ ਰਹੀ ਹੈ ਉਹ ਹੈ ਪਿਚਕਾਰੀਆਂ ਤੇ ਛਪੀ ਪ੍ਰਧਾਨ ਮੰਤਰੀ ਮੋਦੀ ਤੇ ਯੂਪੀ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਤਸਵੀਰਾਂ। ਸਾਰੇ ਲੋਕਲ ਬਾਜ਼ਾਰਾਂ 'ਚ ਅਜਿਹੀਆਂ ਪਿਚਕਾਰੀਆਂ ਦੀ ਵਿਕਰੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਤੇ ਇਹਦੀ ਖਾਸ ਵਜ੍ਹਾ ਯੂਪੀ ਦੇ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੰਨਿਆ ਜਾ ਰਿਹਾ ਹੈ। ਬੀਜੇਪੀ ਤੇ ਸਮਾਜਵਾਦੀ ਪਾਰਟੀ ਜਿਸ ਤਰ੍ਹਾਂ ਆਹਮਣੇ ਸਾਹਮਣੇ ਮੈਦਾਨ 'ਚ ਲੜ ਰਹੇ ਨੇ, ਅਜਿਹੇ ਮਾਹੌਲ 'ਚ ਇਹ ਦੇਖਣਾ ਹੋਰ ਵੀ ਜ਼ਿਆਦਾ ਦਿਲਚਸਪ ਹੋ ਗਿਆ ਹੈ ਕਿ ਕੌਣ ਜਿੱਤ ਹਾਸਿਲ ਕਰ ਚੋਣਾਂ ਦੀ ਹੋਲੀ 'ਚ ਰੰਗਿਆ ਜਾਵੇਗਾ।